ਤੁਸੀਂ ਸਾਰੇ ਜਾਣਦੇ ਹੋ ਇੱਕ ਬਹੁਤ ਹੀ ਵੱਡਾ ਅਤੇ ਮਹੱਤਵਪੂਰਨ ਕੇਸ ਆ ਜਿਹੜਾ ਬਿਲਕਿਸ ਬਾਨੂ ਕੇਸ, ਜਿਹੜਾ ਕਿ ਤੁਸੀਂ ਅੱਜ ਕੱਲ੍ਹ ਚਰਚਾ 'ਚ ਸੁਣਿਆ ਹੈ, ਜਿਹਦੇ ਵਿੱਚ 11 ਲੋਕਾਂ ਨੇ 14 ਬੰਦਿਆਂ ਦਾ ਕਤਲ ਕੀਤਾ ਸੀ ਅਤੇ ਨਾਲ ਮਾਈਨਰ ਬੱਚੀਆਂ ਦਾ ਗੈਂਗ ਰੇਪ ਕੀਤਾ ਸੀ। ਉਹਨਾਂ ਨੂੰ ਉਹਨਾਂ ਦੇ ਰਿਮਿਸ਼ਨ ਦੇ ਦਿੱਤੀ ਸੀ, ਉਹਨਾਂ ਨੂੰ ਛੱਡ ਦਿੱਤਾ ਗਿਆ ਸੀ। ਅਤੇ ਇੱਥੇ ਜਿਹੜੇ ਰਾਜੋਆਣੇ ਦੀ ਗੱਲ ਕਰਦੇ ਸੀ, ਜਿਹੜਾ ਇੱਕ ਸਭ ਤੋਂ ਵੱਡਾ ਟੈਰਰਿਸਟ ਆ, ਜਿਹਨੇ ਕਿ 17 ਬੰਦੇ ਦਾ ਜਿਹਨਾਂ ਨੂੰ ਸ਼ਹੀਦ ਕੀਤਾ 17, ਉਹ ਬੰਦਿਆਂ ਨੂੰ ਬਿਲਕਿਸ ਬਾਨੂ ਦੇ ਕੇਸ ਨਾਲ ਜੋੜ ਕੇ ਦੇਖਦੇ ਸੀ ਵੀ ਜੇ ਉਹਨਾਂ ਨੂੰ ਛੱਡਤਾ ਤਾਂ ਇਹਨੂੰ ਵੀ ਛੱਡਣਾ ਚਾਹੀਦਾ। ਅੱਜ ਉਹ ਬੰਦਿਆਂ 'ਤੇ ਸੁਪਰੀਮ ਕੋਰਟ ਨੇ ਅੱਜ ਬਹੁਤ ਵੱਡੀ ਇੱਕ, ਮੈਂ ਸਮਝਦਾ, ਕਾਨੂੰਨ ਦੀ ਚਪੇੜ ਮਾਰੀ ਹੈ। ਅਤੇ ਅੱਜ ਇਹ ਇੱਕ ਲੈਂਡਮਾਰਕ ਜੱਜਮੈਂਟ ਆ ਜਿਹੜੀ ਇਹ ਸੁਪਰੀਮ ਕੋਰਟ ਨੇ ਕੀਤੀ ਆ। ਅਤੇ ਅੱਜ ਇੱਕ ਸੱਚਾਈ ਦੀ, ਇੱਕ ਕਾਨੂੰਨ ਦੀ ਜਿੱਤ ਹੋਈ ਅੱਜ। ਉਹਨਾਂ ਨੇ ਇਹ ਕਿਹਾ ਵੀ ਜਲਦੀ ਤੋਂ ਜਲਦੀ ਉਹ 11 ਦੇ ਬੰਦੇ, ਉਹਨਾਂ ਨੂੰ ਜਿਨ੍ਹਾਂ ਨੂੰ ਛੱਡਿਆ ਐਡੇ ਬੜੇ ਘਿਨਾਉਣੇ ਕੇਸ 'ਚ, ਉਹਨਾਂ ਨੂੰ ਫੜ ਕੇ ਦੁਬਾਰਾ ਜੇਲ੍ਹ 'ਚ ਸਿੱਟੋ। ਅਤੇ ਉਹਨਾਂ ਦਾ ਜਿਹੜਾ ਸੈਂਟੈਂਸ ਕੋਰਟ ਹੋਇਆ ਸੀ, ਇਹ ਹੋਇਆ ਸੀ ਉਹਨਾਂ ਨੂੰ ਮਹਾਰਾਸ਼ਟਰ 'ਚ ਕੇਸ ਤਬਦੀਲ ਕਰਤਾ ਸੀ ਅਤੇ ਗੁਜਰਾਤ ਤੋਂ ਉਹਨਾਂ ਨੂੰ ਛੱਡਿਆ ਗਿਆ। ਅੱਜ ਮੈਂ ਸਮਝਦਾ ਜਿਹੜੇ ਕਾਨੂੰਨ ਤੋੜਨ ਵਾਲੇ, ਉਹਨਾਂ ਨੂੰ ਵੀ ਅੱਜ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਊ ਵੀ ਦੇਸ਼ ਦਾ ਕਾਨੂੰਨ ਕੀ ਆ, ਦੇਸ਼ ਦਾ ਸੰਵਿਧਾਨ ਕੀ ਆ। ਅਤੇ ਮੈਂ ਸਮਝਦਾ ਅੱਜ ਬੜੀ, ਮੈਂ ਸਮਝਦਾ ਇੱਕ ਜਿੱਤ ਹੋਈ ਆ ਕਾਨੂੰਨ ਦੀ, ਬੜੀ ਅੱਜ ਖੁਸ਼ੀ ਦੀ ਗੱਲ ਆ ਵੀ ਦੁਬਾਰਾ ਜਿਹੜੇ ਕਤਲ ਕਰਨ ਵਾਲੇ ਆ, ਜਿਹੜੇ ਲੋਕ ਰੇਪ ਕਰਨ ਵਾਲੇ ਆ, ਉਹਨਾਂ ਨੂੰ ਇਨਸਾਫ ਮਿਲਿਆ। ਅਤੇ ਇਸ ਕਰਕੇ ਉਹ ਬੰਦਿਆਂ ਦੇ ਅੱਜ ਮੂੰਹ ਬੰਦ ਹੋ ਗਏ ਹੋਣਗੇ ਜਿਹੜੇ ਬੰਦੇ ਰਾਜੋਆਣੇ ਦੀ ਗੱਲ ਕਰਦੇ ਆ, ਅਤੇ ਰਾਜੋਆਣੇ ਦੀ ਕੋਰਟ ਦੇ ਵੱਲੋਂ ਕਰ ਦਿੰਦੇ ਆ ਵੀ ਕੋਰਟ ਨੇ ਤਾਂ ਜੀ ਕਦੇ ਕਹੀ ਨਹੀਂ ਗੱਲ। ਅੱਜ ਇਹ ਦੁਬਾਰਾ ਉਸ ਕੇਸ 'ਤੇ ਵੀ ਸੁਪਰੀਮ ਕੋਰਟ ਵੱਲੋਂ ਮੋਹਰ ਲਾਤੀ ਆ ਵੀ ਜਿਹੜੇ ਬੰਦੇ ਕਾਤਲ ਨੇ ਉਹਨਾਂ ਦੀ ਜਗ੍ਹਾ ਸਦਾ ਹੀ ਜੇਲ੍ਹ 'ਚ ਆ। ਇਹ ਬਿਲਕਿਸ ਬਾਨੂ ਵਾਲੇ ਕੇਸ 'ਚ ਅੱਜ ਫੈਸਲਾ ਹੋਇਆ। ਇਸ ਲਈ ਅੱਜ ਦੁਬਾਰਾ ਜਿਹੜਾ ਯਕੀਨ ਆ ਕੋਰਟਸ ਦੇ ਵਿੱਚ ਆਪਣੇ ਕਾਨੂੰਨ ਦੇ ਵਿੱਚ, ਉਹ ਹੋਰ ਦੁੱਗਣਾ ਤਿੱਗਣਾ ਅੱਜ ਵਧਿਆ ਹੈ। ਤੁਸੀਂ ਸਾਰੇ ਜਾਣਦੇ ਹੋ ਇੱਕ ਬਹੁਤ ਹੀ ਵੱਡਾ ਅਤੇ ਮਹੱਤਵਪੂਰਨ ਕੇਸ ਆ ਜਿਹੜਾ ਬਿਲਕਿਸ ਬਾਨੂ ਕੇਸ, ਜਿਹੜਾ ਕਿ ਤੁਸੀਂ ਅੱਜ ਕੱਲ੍ਹ ਚਰਚਾ 'ਚ ਸੁਣਿਆ ਹੈ, ਜਿਹਦੇ ਵਿੱਚ 11 ਲੋਕਾਂ ਨੇ 14 ਬੰਦਿਆਂ ਦਾ ਕਤਲ ਕੀਤਾ ਸੀ ਅਤੇ ਨਾਲ ਮਾਈਨਰ ਬੱਚੀਆਂ ਦਾ ਗੈਂਗ ਰੇਪ ਕੀਤਾ ਸੀ। ਉਹਨਾਂ ਨੂੰ ਉਹਨਾਂ ਦੇ ਰਿਮਿਸ਼ਨ ਦੇ ਦਿੱਤੀ ਸੀ, ਉਹਨਾਂ ਨੂੰ ਛੱਡ ਦਿੱਤਾ ਗਿਆ ਸੀ। ਅਤੇ ਇੱਥੇ ਜਿਹੜੇ ਰਾਜੋਆਣੇ ਦੀ ਗੱਲ ਕਰਦੇ ਸੀ, ਜਿਹੜਾ ਇੱਕ ਸਭ ਤੋਂ ਵੱਡਾ ਟੈਰਰਿਸਟ ਆ, ਜਿਹਨੇ ਕਿ 17 ਬੰਦੇ ਦਾ ਜਿਹਨਾਂ ਨੂੰ ਸ਼ਹੀਦ ਕੀਤਾ 17, ਉਹ ਬੰਦਿਆਂ ਨੂੰ ਬਿਲਕਿਸ ਬਾਨੂ ਦੇ ਕੇਸ ਨਾਲ ਜੋੜ ਕੇ ਦੇਖਦੇ ਸੀ ਵੀ ਜੇ ਉਹਨਾਂ ਨੂੰ ਛੱਡਤਾ ਤਾਂ ਇਹਨੂੰ ਵੀ ਛੱਡਣਾ ਚਾਹੀਦਾ। ਅੱਜ ਉਹ ਬੰਦਿਆਂ 'ਤੇ ਸੁਪਰੀਮ ਕੋਰਟ ਨੇ ਅੱਜ ਬਹੁਤ ਵੱਡੀ ਇੱਕ, ਮੈਂ ਸਮਝਦਾ, ਕਾਨੂੰਨ ਦੀ ਚਪੇੜ ਮਾਰੀ ਹੈ। ਅਤੇ ਅੱਜ ਇਹ ਇੱਕ ਲੈਂਡਮਾਰਕ ਜੱਜਮੈਂਟ ਆ ਜਿਹੜੀ ਇਹ ਸੁਪਰੀਮ ਕੋਰਟ ਨੇ ਕੀਤੀ ਆ। ਅਤੇ ਅੱਜ ਇੱਕ ਸੱਚਾਈ ਦੀ, ਇੱਕ ਕਾਨੂੰਨ ਦੀ ਜਿੱਤ ਹੋਈ ਆ ਅੱਜ। ਉਹਨਾਂ ਨੇ ਇਹ ਕਿਹਾ ਵੀ ਜਲਦੀ ਤੋਂ ਜਲਦੀ ਉਹ 11 ਦੇ ਬੰਦੇ, ਉਹਨਾਂ ਨੂੰ ਜਿਨ੍ਹਾਂ ਨੂੰ ਛੱਡਿਆ ਐਡੇ ਬੜੇ ਘਿਨਾਉਣੇ ਕੇਸ 'ਚ, ਉਹਨਾਂ ਨੂੰ ਫੜ ਕੇ ਦੁਬਾਰਾ ਜੇਲ੍ਹ 'ਚ ਸਿੱਟੋ। ਅਤੇ ਉਹਨਾਂ ਦਾ ਜਿਹੜਾ ਸੈਂਟੈਂਸ ਕੋਰਟ ਹੋਇਆ ਸੀ, ਇਹ ਹੋਇਆ ਸੀ ਉਹਨਾਂ ਨੂੰ ਮਹਾਰਾਸ਼ਟਰ 'ਚ ਕੇਸ ਤਬਦੀਲ ਕਰਤਾ ਸੀ ਅਤੇ ਗੁਜਰਾਤ ਤੋਂ ਉਹਨਾਂ ਨੂੰ ਛੱਡਿਆ ਗਿਆ। ਅੱਜ ਮੈਂ ਸਮਝਦਾ ਜਿਹੜੇ ਕਾਨੂੰਨ ਤੋੜਨ ਵਾਲੇ, ਉਹਨਾਂ ਨੂੰ ਵੀ ਅੱਜ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਊ ਵੀ ਦੇਸ਼ ਦਾ ਕਾਨੂੰਨ ਕੀ ਆ, ਦੇਸ਼ ਦਾ ਸੰਵਿਧਾਨ ਕੀ ਆ। ਅਤੇ ਮੈਂ ਸਮਝਦਾ ਅੱਜ ਬੜੀ,
ਮੈਂ ਸਮਝਦਾ ਇੱਕ ਜਿੱਤ ਹੋਈ ਆ ਕਾਨੂੰਨ ਦੀ। ਬੜੀ ਅੱਜ ਖੁਸ਼ੀ ਦੀ ਗੱਲ ਆ ਵੀ ਦੁਬਾਰਾ ਜਿਹੜੇ ਕਤਲ ਕਰਨ ਵਾਲੇ ਆ, ਜਿਹੜੇ ਲੋਕ ਰੇਪ ਕਰਨ ਵਾਲੇ ਆ, ਉਹਨਾਂ ਨੂੰ ਇਨਸਾਫ ਮਿਲਿਆ। ਅਤੇ ਇਸ ਕਰਕੇ ਉਹ ਬੰਦਿਆਂ ਦੇ ਵਿੱਚ ਮੂੰਹ ਬੰਦ ਹੋ ਗਏ ਹੋਣਗੇ ਜਿਹੜੇ ਬੰਦੇ ਰਾਜੋਆਣੇ ਦੀ ਗੱਲ ਕਰਦੇ ਆ ਅਤੇ ਰਾਜੋਆਣੇ ਦੀ ਕੋਰਟ ਦੇ ਵੱਲੋਂ ਕਰ ਦਿੰਦੇ ਆ ਵੀ ਕੋਰਟ ਨੇ ਤਾਂ ਜੀ ਕਦੇ ਕਹੀ ਨਹੀਂ ਗੱਲ। ਅੱਜ ਇਹ ਦੁਬਾਰਾ ਉਸ ਕੇਸ 'ਤੇ ਵੀ ਸੁਪਰੀਮ ਕੋਰਟ ਵੱਲੋਂ ਮੋਹਰ ਲਾਤੀ ਆ ਵੀ ਜਿਹੜੇ ਬੰਦੇ ਕਾਤਲ ਨੇ ਉਹਨਾਂ ਦੀ ਜਗ੍ਹਾ ਸਦਾ ਹੀ ਜੇਲ੍ਹ 'ਚ ਆ। ਇਹ ਬਿਲਕਿਸ ਬਾਨੋ ਵਾਲੇ ਕੇਸ 'ਚ ਅੱਜ ਫੈਸਲਾ ਹੋਇਆ। ਇਸ ਲਈ ਅੱਜ ਦੁਬਾਰਾ ਜਿਹੜਾ ਯਕੀਨ ਆ ਕੋਰਟਸ ਦੇ ਵਿੱਚ ਆਪਣੇ ਕਾਨੂੰਨ ਦੇ ਵਿੱਚ, ਉਹ ਹੋਰ ਦੁੱਗਣਾ ਤਿੱਗਣਾ ਅੱਜ ਵਧਿਆ ਹੈ।